ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ ਹਰਜਿੰਦਰ ਪ੍ਰੋਡਕਸ਼ਨ ਅਤੇ ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਕੱਲਿਆਂ ਦਾ ਕਾਫਲਾ ਦੇ ਵਿੱਚੋਂ ਪੜ੍ਹਾਂਗੇ। ਨਰਿੰਦਰ ਸਿੰਘ ਕਪੂਰ ਜੀ ਲਿਖਦੇ ਨੇ ਕਿ ਅਜੇ ਤੱਕ ਨਿਰਣਾ ਨਹੀਂ ਹੋ ਸਕਿਆ ਕਿ ਕਿਸੇ ਨੂੰ ਅੱਖ ਮਾਰਨੀ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ। ਜਦ ਤੱਕ ਅੰਦਰੋਂ ਸਬਰ ਨਹੀਂ ਜਾਗਦਾ ਮਨੁੱਖ ਮੰਗਤਾ ਬਣਿਆ ਰਹਿੰਦਾ ਹੈ। ਪਤਨੀ ਦਾ ਪਤੀ ਨਾਲ ਵਿਹਾਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸਦੇ ਪਤੀ ਦਾ ਹੋਰ ਇਸਤਰੀਆਂ ਨਾਲ ਵਿਹਾਰ ਕਿਹੋ ਜਿਹਾ ਹੈ। ਪਤੀ ਦੇ ਹੋਰ ਪੁਰਸ਼ਾਂ ਨਾਲ ਸੰਬੰਧ ਦੀ ਪਤਨੀ ਪ੍ਰਵਾਹ ਨਹੀਂ ਕਰਦੀ। ਸਮੱਸਿਆਵਾਂ ਵਿੱਚ ਉਲਝਿਆ ਮਨੁੱਖ ਆਪ ਵੀ ਇੱਕ ਸਮੱਸਿਆ ਬਣ ਜਾਂਦਾ ਹੈ। ਗਾਹਕ ਨੂੰ ਧਿਆਨ ਨਾਲ ਸੁਣਨ ਨਾਲ ਵਪਾਰ ਅਤੇ ਨਫ਼ਾ ਦੋਵੇਂ ਵੱਧਦੇ ਹਨ। ਜੇ ਤੁਹਾਡੇ ਕੋਲ ਕਲਪਨਾ ਨਹੀਂ ਹੈ ਤਾਂ ਤੁਹਾਨੂੰ ਕਿਤਾਬਾਂ ਚੰਗੀਆਂ ਨਹੀਂ ਲੱਗਣਗੀਆਂ। ਬੱਚਿਆਂ ਨੂੰ ਪੜ੍ਹਾਓ, ਉਹਨਾਂ ਦੇ ਮਾਪੇ ਆਪ ਪੜ੍ਹ ਜਾਣਗੇ। ਸੱਚੇ ਪਿਆਰ, ਸੁਤੰਤਰਤਾ, ਖੁਸ਼ਹਾਲੀ ਅਤੇ ਆਨੰਦ ਦਾ ਸੁਭਾਅ ਇੱਕੋ ਜਿਹਾ ਹੁੰਦਾ ਹੈ। ਸਧਾਰਨ ਲੋਕਾਂ ਦੀ ਦਿਲਚਸਪੀ ਭਵਿੱਖਬਾਣੀਆਂ ਵਿੱਚੋਂ ਹੁੰਦੀ ਹੈ, ਮਹਾਂਪੁਰਸ਼ਾਂ ਦੀ ਦਿਲਚਸਪੀ ਮਨੁੱਖਤਾ ਦੇ ਭਵਿੱਖ ਵਿੱਚ ਹੁੰਦੀ ਹੈ। ਅਨੇਕ ਲੇਖਕ ਹਨ ਜਿਹੜੇ ਪ੍ਰਸ਼ਾਸਕਾਂ ਨੂੰ ਬਰਬਾਦ ਕਰ ਦਿੰਦੇ ਹਨ। ਜਦੋਂ ਤੱਕ ਪਰੰਪਰਾਵਾਂ ਨੂੰ ਵਿਗਾੜਿਆ ਨਾ ਜਾਵੇ ਪਰਿਵਰਤਨ ਨਹੀਂ ਵਾਪਰਦਾ। ਅਨੇਕਾਂ ਦਰਿਆ ਸਮੁੰਦਰ ਤੱਕ ਪੁੱਜਣ ਤੋਂ ਪਹਿਲਾਂ ਹੀ ਸੁੱਕ ਜਾਂਦੇ ਹਨ। ਭਾਵੇਂ ਸੰਕਟ ਹੋਵੇ ਭਾਵੇਂ ਸ਼ਾਂਤੀ, ਦੋ ਅਤੇ ਦੋ ਚਾਰ ਹੀ ਰਹਿੰਦੇ ਹਨ। ਕਈ ਲੇਖਕਾਂ ਨੂੰ ਪੜ੍ਹਨ ਵਾਸਤੇ ਪਾਠਕਾਂ ਨੂੰ ਅਨਪੜ੍ਹ ਪੜ੍ਹਨਾ ਪੈਂਦਾ ਹੈ। ਅਖਾਣਾ ਮੁਹਾਵਰੇ ਵਿੱਚ ਸਿਆਣਪ ਦੇ ਘੁੰਡ ਕੱਢਿਆ ਹੁੰਦਾ ਹੈ। ਜਦੋਂ ਵੀ ਪਤੀ ਪਤਨੀ ਦਾ ਰਿਸ਼ਤਾ ਟੁੱਟਦਾ ਹੈ ਉਹ ਦੋਵੇਂ ਹੀ ਨਾਲ ਹੀ ਟੁੱਟ ਜਾਂਦੇ ਹਨ। ਜੇ ਬੱਚੇ ਨਾ ਹੋਣ ਤਾਂ ਪੁਰਸ਼ ਨੂੰ ਜ਼ਿੰਮੇਵਾਰੀਆਂ ਨਿਭਾਉਣ ਅਤੇ ਇਸਤਰੀਆਂ ਨੂੰ ਜ਼ਿੰਮੇਵਾਰੀ ਮੰਨਣ ਦਾ ਅਵਸਰ ਨਹੀਂ ਮਿਲਦਾ। ਪਹਿਲਾਂ ਮਾਪੇ ਚਾਹੁੰਦੇ ਸਨ ਕਿ ਪੁੱਤਰ ਆਪਣੀ ਜਾਤ ਦੀ ਲੜਕੀ ਨਾਲ ਵਿਆਹ ਕਰਵਾਵੇ, ਫਿਰ ਚਾਹੁਣ ਲੱਗੇ ਕਿ ਆਪਣੇ ਧਰਮ ਦੀ ਲੜਕੀ ਨਾਲ ਵਿਆਹ ਕਰਵਾਵੇ, ਫਿਰ ਚਾਹੁਣ ਲੱਗੇ ਕਿ ਸਾਡੇ ਸੂਬੇ ਦੀ ਲੜਕੀ ਨਾਲ ਵਿਆਹ ਕਰਵਾਵੇ। ਹੁਣ ਕੇਵਲ ਇਤਨਾ ਕੁ ਚਾਹੁੰਦੇ ਨੇ ਕਿ ਕਿਸੇ ਲੜਕੀ ਨਾਲ ਹੀ ਵਿਆਹ ਕਰਵਾਵੇ। ਸਾੜਾ ਉਦੋਂ ਉਪਜਦਾ ਹੈ ਜਦੋਂ ਅਸੀਂ ਕਿਸੇ ਕੋਲ ਉਹ ਕੁਝ ਵੇਖਦੇ ਹਾਂ ਜੋ ਅਸੀਂ ਆਪਣੇ ਲਈ ਚਾਹਿਆ ਸੀ। ਧੰਨਵਾਦ ਜੀ।